ਉਹ ਚੱਲਿਆ ਸਿਆਣੇ ਐਵੇਂ ਨਹੀਂ ਕਹਿੰਦੇ ਬਈ ਪੜ੍ਹਾਈ ਜ਼ਰੂਰੀ ਆ ਜੇ ਕਿੰਡਾ ਪੜਿਆ ਲਿਖਿਆ ਹੁੰਦਾ ਤਾਂ ਉਹ ਵੀ ਮੌਕੇ ਦੀ ਨਜ਼ਾਕਤ ਸਮਝ ਲੈਂਦਾ ਓਏ ਤੂਤਿਆ ਸ਼ੁਕਰ ਕਰ ਬਈ ਕਿੰਡਾ ਮਾੜਾ ਮੋਟਾ ਪੜ ਕੇ ਪੁਲਿਸ ਵਿੱਚ ਭਰਤੀ ਹੋ ਗਿਆ ਆਰੇ ਲੱਗ ਗਿਆ ਨਹੀਂ ਤਾਂ ਗਰੀਬਾਂ ਦੀ ਪੜ੍ਹਾਈ ਪੜੂਈ ਕੀ ਹੁੰਦੀ ਆ ਨਾਲੇ ਗਰੀਬ ਨੇ ਪੜ ਕੇ ਕਰਨਾ ਵੀ ਕੀ ਆ ਕਿਉਂ ਗਰੀਬਾਂ ਨੇ ਪੜ ਲਿਖ ਕੇ ਕਿਉਂ ਨਹੀਂ ਕੁਝ ਕਰਨਾ ਹੁੰਦਾ ਬਈ ਦੇਖ ਅਮੀਰ ਤਾਂ ਆਪਣੇ ਬੱਚਿਆਂ ਨੂੰ ਤਾਂ ਪੜਾਉਂਦੇ ਆ ਬਈ ਉਹਨਾਂ ਨੇ ਵੱਡੇ ਹੋ ਕੇ ਪਾਇਲਟ ਬਣਨਾ ਹੁੰਦਾ ਹੈ ਤੇ ਗਰੀਬ ਦੇ ਬੱਚੇ ਤਾਂ ਬਿਨਾਂ ਪੜੇ ਲਿਖੇ ਤੋਂ ਜਹਾਜ਼ ਬਣ ਜਾਂਦੇ ਨੇ ਜਹਾਜ਼ ਆਹੋ ਭੁੱਕੀ ਵੇਚਣ ਵਾਲੇ ਨੂੰ ਸਾਰੇ ਅਮਲੀ ਪਿੰਡ 'ਚ ਜਹਾਜ਼ ਹੀ ਕਹਿੰਦੇ ਆ ਨਾਜਰਾ ਮੈਂ ਸੁਣਿਆ ਅੱਜ ਪਿੰਡ 'ਚ ਜਹਾਜ਼ ਉਤਰਨਾ ਉਹ ਰਹਿਣ ਦਿਓ ਰਹਿਣ ਦੇ ਮਗਜ ਮਾਰ ਨੂੰ ਬਥੇਰੇ ਲੋਕ ਗਰੀਬੀ ਦੀ ਦਲਦਲ 'ਚ ਉੱਠ ਕੇ ਪੜ੍ਹਾਈ ਲਿਖਾਈ ਦੇ ਆਸਰੇ ਵਿਸ਼ਵ ਪੱਧਰ ਦੇ ਆਪਣਾ ਨਾਂ ਬਣਾ ਗਏ ਹੋਰ ਤੇਰੇ ਵਰਗੇ ਝੁੱਡੂ ਨੇ ਕੀ ਨਾਂ ਬਣਾਉਣਾ ਝੂਠੀਆਂ ਅਰਜ਼ੀਆਂ ਲੇ ਲੇ ਕੇ ਸਕੂਲੋਂ ਛੁੱਟੀਆਂ ਲੈਣ ਵਾਲੇ ਨੇ ਕਦੇ ਦਾਦਾ ਮਾਰ ਦੇਣਾ ਕਦੇ ਨਾਨਾ ਮਾਰ ਦੇਣਾ ਤੇ ਕਦੇ ਮਾਮਾ ਮਾਰ ਦੇਣਾ ਯਾਦ ਹੈ ਜਦੋਂ ਆਪਾਂ 7ਵੀਂ 'ਚ ਪੜ੍ਹਦੇ ਹੁੰਦੇ ਸੀ ਕੀ ਹੋਇਆ ਸੀ ਤੇਰੇ ਨਾਲ ਜਦੋਂ ਹਿਸਾਬ ਵਾਲੇ ਮਾਸਟਰ ਨੇ ਪੁੱਛਿਆ ਸੀ ਕੀ ਪੁੱਛਿਆ ਸੀ ਉਹ ਚੱਲਿਆ ਤੂੰ ਕੱਲ ਪੜ੍ਹਨ ਕਿਉਂ ਨਹੀਂ ਆਇਆ ਜੀ ਜੀ ਮਾਸਟਰ ਜੀ ਜੀ ਕੱਲ ਨਾ ਜੀ ਮੇਰਾ ਦਾਦਾ ਮਰ ਗਿਆ ਸੀ ਜੀ ਨਾਲੇ ਜੀ ਮੈਂ ਅਰਜੀ ਤਾਂ ਭੇਜੀ ਸੀ ਜੀ ਆ ਗੁੰਗਿਆਂ ਦੇ ਤਿੱਤਰੂ ਕੋਲ ਅਰਜੀ ਭੇਜੀ ਸੀ ਤਿੱਤਰੂ ਕੋਲ ਨਾ ਭਲਾ ਮੈਨੂੰ ਆਏ ਦੱਸ ਵੀ ਤੇਰਾ ਦਾਦਾ ਮਰ ਕੇ ਕਿਹੜੀ ਜੂਨ 'ਚ ਪਿਆ ਹੋਊ ਮਾਸਟਰ ਜੀ ਮੈਨੂੰ ਕੀ ਪਤਾ ਹੋਊ ਵੀ ਹੁਣ ਮੇਰਾ ਦਾਦਾ ਭੂਤ ਪ੍ਰੇਤ ਬਣਿਆ ਹੋਊਗਾ ਜਾਂ ਬਾਂਦਰ ਬਣਿਆ ਹੋਊਗਾ ਕਿ ਕੁੱਤਾ ਬਣਿਆ ਹੋਊਗਾ ਜੀ ਮੇਰੇ ਹਿਸਾਬ ਨਾਲ ਤੇਰੇ ਦਾਦਾ ਜੀ ਫਿਰ ਦੁਬਾਰਾ ਤੇਰੇ ਦਾਦਾ ਜੀ ਦੀ ਜੂਨ 'ਚ ਪੈ ਗਏ ਲੈ ਐਂ ਕਿਵੇਂ ਹੋਜੂ ਮਾਸਟਰ ਜੀ ਕਿਉਂਕਿ ਇਹ ਐਂ ਤਾਂ ਹੋਜੂ ਕਿ ਇਸ ਵੇਲੇ ਵੀ ਤੇਰੇ ਦਾਦਾ ਜੀ ਤੇਰੇ ਪਿੱਛੇ ਹੀ ਖੜੇ ਨੇ ਓਏ ਚੱਲਿਆ ਤੂੰ ਤਾਂ ਮੈਨੂੰ ਜਾਉਂਦੇ ਜੀ ਮਾਰ ਛੱਡਿਆ ਓ ਚੱਲਿਆ ਤੂੰ ਸਕੂਲੋਂ ਛੁੱਟੀ ਤਾਂ ਮਾਰ ਨਹੀਂ ਹੁੰਦੀ ਸੀ ਪਰ ਜਿੱਦਣ ਕਿਤੇ ਭੁੱਲ ਭੁਲੇਖੇ ਸਕੂਲ ਵੀ ਜਾਂਦਾ ਸੀ ਉਦਣ ਕਿਹੜਾ ਟਾਈਮ ਨਾਲ ਪਹੁੰਚ ਜਾਂਦਾ ਸੀ 9 ਵਜੇ ਦੀ ਥਾਂ ਤੇ 10 ਵਜੇ ਸਕੂਲ ਅੱਪੜਦਾ ਸੀ ਇਹਦੇ ਵਿੱਚ ਤੂਤਿਆ ਮੇਰਾ ਕੀ ਕਸੂਰ ਹੈ ਮੈਂ ਘਰੋਂ ਤਾਂ ਸਕੂਲ ਨੂੰ ਜਲਦੀ ਤੁਰਦਾ ਸੀ ਪਰ ਸਕੂਲ ਕੋਲ ਉਹਨਾਂ ਨੇ ਲਿਖ ਕੇ ਆਪ ਹੀ ਐਡਾ ਵੱਡਾ ਬੋਰਡ ਲਾਇਆ ਹੁੰਦਾ ਸੀ ਬੋਰਡ ਲਿਖਿਆ ਹੁੰਦਾ ਸੀ ਉਹ ਕਿਹੜਾ ਹੌਲੀ ਚੱਲੋ ਅੱਗੇ ਸਕੂਲ ਹੈ ਮੈਂ ਹੌਲੀ ਹੋ ਜਾਂਦਾ ਸੀ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਠੀਕ ਹੈ ਪੁੱਤਰਾ ਤੇਰਾ ਵੀ ਕਸੂਰ ਨਹੀਂ ਕਸੂਰ ਤਾਂ ਸਕੂਲ ਦਾ ਹੀ ਆ ਜਿੰਨੇ ਤੇਰੇ ਵਰਗੇ ਝੱਲੇ ਨੂੰ ਝੱਲਾ ਨੰਬਰ 1 ਹੀ ਬਣਿਆ ਰਹਿਣ ਦਿੱਤਾ ਜੇ ਤੂੰ ਸਕੂਲ ਸਹੀ ਜਾਂਦਾ ਹੁੰਦਾ ਤਾਂ ਕੋਈ ਮਹਾਨ ਵਿਦਵਾਨ ਫਿਲਾਸਫਰ ਅਫਸਰ ਜਾਂ ਕੋਈ ਖੋਜੀ ਸਾਇੰਸਦਾਨ ਬਣਿਆ ਹੁੰਦਾ ਬੰਦ ਕਰ ਓਏ ਆਪਦਾ ਭਾਸ਼ਣ ਵੱਡਾ ਸਾਇੰਸਦਾਨ ਨਾ ਤੂੰ ਕੀ ਜਾਣਦਾ ਮੇਰੀਆਂ ਖੋਜਾਂ ਨੂੰ ਮੈਂ ਤਾਂ ਇੱਕ ਅਜਿਹੀ ਖੋਜ ਕੀਤੀ ਆ ਜਿਹਦੇ ਨਾਲ ਕੰਧ ਦੇ ਆਰ ਪਾਰ ਦੇਖਿਆ ਜਾ ਸਕਦਾ ਕੰਧ ਦੇ ਆਰ ਪਾਰ ਦੇਖਿਆ ਜਾ ਸਕਦਾ ਓਏ ਇਹੋ ਜਿਹੀ ਤੂੰ ਕਿਹੜੀ ਖੋਜ ਕੀਤੀ ਹੈ ਮੋਰੀ ਮੈਂ ਕੰਧ 'ਚ ਮੋਰੀ ਕੀਤੀ ਆ ਇਹੋ ਜਿਹੀਆਂ ਖੋਜਾਂ ਤਾਂ ਚੂਹੇ ਵੀ ਕਰ ਲੈਂਦੇ ਨੇ ਤੈਂ ਕੀਤੀ ਆ ਕੋਈ ਓਏ ਬੇਵਕੂਫਾ ਮੈਂ ਤਾਂ ਤੈਨੂੰ ਕਹਿੰਦਾ ਸੀ ਬਈ ਜੇ ਤੂੰ ਪੜ੍ਹ ਲਿਖ ਜਾਂਦਾ ਤਾਂ ਤੈਨੂੰ ਦੇਸ਼ ਦੁਨੀਆ ਦਾ ਪਤਾ ਹੋਣਾ ਸੀ ਇਤਿਹਾਸ ਦਾ ਪਤਾ ਹੋਣਾ ਸੀ ਇਤਿਹਾਸ ਦਾ ਪਤਾ ਹੋਣਾ ਸੀ ਓਏ ਇਤਿਹਾਸ ਦੀ ਜਾਣਕਾਰੀ ਤਾਂ ਸਾਨੂੰ ਸਕੂਲ ਪੜ੍ਹਦਿਆਂ ਤੋਂ ਹੀ ਬਹੁਤ ਹੈ ਓ ਸਦਕੇ ਓ ਤੇਰੀ ਇਤਿਹਾਸਕ ਜਾਣਕਾਰੀ ਦੇ ਯਾਦ ਹੈ ਤੈਨੂੰ ਜਦੋਂ ਆਪਣੇ ਸਕੂਲ ਵਿੱਚ ਇੱਕ ਵਾਰੀ ਡੀਓ ਸਾਹਿਬ ਆਏ ਸੀ ਉਹਨਾਂ ਨੇ ਤੈਨੂੰ ਕੀ ਪੁੱਛਿਆ ਸੀ ਹਾਂ ਵੀ ਕਾਕਾ ਤੂੰ ਇਹ ਦੱਸ ਵੀ ਝਾਂਸੀ ਦੀ ਰਾਣੀ ਨੇ ਪਹਿਲਾ ਯੁੱਧ ਕਿਸ ਨਾਲ ਤੇ ਕਿੱਥੇ ਕੀਤਾ ਸੀ ਜੀ ਝਾਂਸੀ ਦੀ ਰਾਣੀ ਨੇ ਜੀ ਮਾਸਟਰ ਜੀ ਪਹਿਲਾ ਯੁੱਧ ਤਲਵਾਰ ਨਾਲ ਕੀਤਾ ਸੀ ਜੀ ਤੇ ਇਹ ਯੁੱਧ ਮੇਰੇ ਖਿਆਲ ਚ ਜੰਗ ਦੇ ਮੈਦਾਨ ਚ ਕੀਤਾ ਸੀ ਜੀ ਚਲੋ ਕੋਈ ਗੱਲ ਨੀ ਤੂੰ ਇਹ ਦੱਸ ਵੀ ਅਕਬਰ ਕਿਹਦਾ ਮੁੰਡਾ ਸੀ ਮਾਸਟਰ ਜੀ ਅਕਬਰ ਆਪਦੇ ਪਾਪੇ ਦਾ ਮੁੰਡਾ ਸੀ ਜੀ ਅੱਛਾ ਤੂੰ ਪੰਜਾਬੀ ਦੇ ਇੱਕ ਵਾਕ ਦੀ ਅੰਗਰੇਜ਼ੀ ਬਣਾ ਵਾਕ ਹੈ ਬੁੱਢਾ ਬੀੜੀ ਪੀਂਦਾ ਹੈ ਬਣਾ ਅੰਗਰੇਜ਼ੀ ਸਵਾਮੀ ਰਾਮਦੇਵ ਜੀ ਤਾਂ ਇਹੀ ਕਹਿੰਦੇ ਜੀ ਬੀੜੀ ਪੀਣੀ ਮਤਲਬ ਸਿਹਤ ਲਈ ਠੀਕ ਨੀ ਜੀ ਹਾਂਜੀ ਬੁੱਧਾ ਬੀੜੀ ਪਿੰਡਾ ਹੈ ਓਏ ਦੱਸ ਵੀ ਮਹੀਨੇ 'ਚ ਕਿੰਨੇ ਦਿਨ ਹੁੰਦੇ ਨੇ ਜੀ ਮਹੀਨੇ 'ਚ 7 ਦਿਨ ਹੁੰਦੇ ਆ ਜੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤੇ ਮਾਸਟਰ ਜੀ ਐਤਵਾਰ ਸਾਰੇ ਦਿਨਾਂ ਨੂੰ ਵਧੀਆ ਹੁੰਦਾ ਜੀ ਇਸ ਦਿਨ ਸਕੂਲੋਂ ਛੁੱਟੀ ਹੁੰਦੀ ਆ ਤੇ ਕਾਕਾ ਹੁਣ ਕੁਝ ਹਿਸਾਬ ਬਾਰੇ ਵੀ ਦੱਸ ਤੂੰ ਇਹ ਦੱਸ ਵੀ ਰੇਖਾ ਤੇ ਬਿੰਦੂ ਵਿੱਚ ਕੀ ਫਰਕ ਹੈ ਰੇਖਾ ਤੇ ਬਿੰਦੂ 'ਚ ਤਾਂ ਜੀ ਆਹੀ ਫਰਕ ਹੈ ਜੀ ਬਈ ਰੇਖਾ ਫਿਲਮਾਂ ਵਿੱਚ ਹੀਰੋ ਨਾਲ ਗਾਣਾ ਗਾਉਂਦੀ ਸੀ ਜੀ ਤੇ ਬਿੰਦੂ ਤਕਰੀਬਨ ਬਦਮਾਸ਼ਾਂ ਦੇ ਅੱਡਿਆਂ ਤੇ ਗਾਉਂਦੀ ਤੇ ਨੱਚਦੀ ਸੀ ਜੀ ਵੈਲਣ ਸੀ ਜੀ ਵੈਲਣ ਪਰ ਮਾਸਟਰ ਜੀ ਰੇਖਾ ਪਤਾ ਨੀ ਕੀ ਖਾਂਦੀ ਆ ਜੀ ਅਜੇ ਵੀ ਪਟਾਕਾ ਲੱਗਦੀ ਆ ਪਟਾਕਾ